ਬ੍ਰਾਹਮਣ ਨੂੰ ਮਾਰਨ ਨਾਲ ਬ੍ਰਾਹਮਣ ਹੱਤਿਆ ਵੀ ਨਹੀਂ। ਉੱਥੇ ਲਫ਼ਜ਼ ਬਦਲ ਦਿੱਤਾ, ਆਪੇ ਬ੍ਰਹਮ ਕਹਾਇਆ, ਆਖਿਆ ਬ੍ਰਹਮ ਹੱਤਿਆ। ਮੰਨ ਲਓ ਤੂੰ ਇੱਕ ਬ੍ਰਾਹਮਣ ਨਹੀਂ ਮਾਰਿਆ, ਰੱਬ ਹੀ ਮਾਰ ਦਿੱਤਾ। ਬ੍ਰਹਮ ਤਾਂ ਰੱਬ ਨੂੰ ਕਹਿੰਦੇ, ਗੁਰਬਾਣੀ ਨੇ ਬਾਰ ਬਾਰ ਆਖਿਆ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ, ਜਿਹੜਾ ਬ੍ਰਹਮ ਦਾ ਗਿਆਨ ਰੱਖਣ ਵਾਲਾ ਤੇ ਬ੍ਰਹਮ ਹੈ ਪਰਮਾਤਮਾ ਅਕਾਲ ਪੁਰਖ। ਤੇ ਬ੍ਰਾਹਮਣ ਮਾਰਨ ਵਾਲੇ ਨੂੰ ਬ੍ਰਹਮ ਹੱਤਿਆ ਲੱਗਦੀ ਹੈ, ਭਾਵ ਉਹ ਬ੍ਰਾਹਮਣ ਨਹੀਂ ਮਾਰ ਰਿਹਾ, ਇੱਕ ਰੱਬ ਮਾਰ ਰਿਹਾ। ਇੰਨਾ ਵੱਡਾ ਭੈ ਪੈਦਾ ਕਰ ਸਜ਼ਾ, ਭਾਵੇਂ ਜਿੰਨਾ ਮਰਜ਼ੀ ਗੁਨਾਹ ਕਰ। ਕੱਲ ਵੀ ਲਫ਼ਜ਼ ਆਇਆ ਸੀ, ਮੈਂ ਥੋੜਾ ਜਿਹਾ ਆਉਂਦੇ ਅਗਲੇ ਅਗਲਾ ਹਿੱਸਾ ਦੱਸਾਂ। ਕੱਲ ਆਇਆ ਸੀ ਕਿ ਵੇਦਾਂ ਦਾ ਕਰਤਾ, ਚਾਰੇ ਵੇਦ ਬ੍ਰਹਮੇ ਕੋ ਦਿੰਦੇ, ਵੇਦਾਂ ਦਾ ਕਰਤਾ ਆਪਣੀ ਲੜਕੀ ਤੇ ਆਪਣੀ ਬੱਚੀ ਤੇ ਆਸ਼ਿਕ ਹੋ ਜਾਂਦਾ ਹੈ। ਸ਼ਿਵਜੀ ਦੇਖਦੇ ਨੇ ਜਿੱਧਰ ਦੌੜ ਕੇ ਛੁਪਣ ਦੀ ਕੋਸ਼ਿਸ਼ ਕਰਦੀ, ਉੱਧਰ ਹੀ ਆਪਣਾ ਮੂੰਹ ਲਾ ਲੈਂਦਾ, ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕਰਨਾ ਚਾਹੁੰਦਾ। ਤੇ ਜਦੋਂ ਚਾਰੇ ਪਾਸੇ ਦੇਖਦੀ ਹੈ, ਆਖਿਰ ਨੂੰ ਉੱਪਰ ਉੱਡ ਪੈਂਦੀ ਹੈ, ਇਹਨਾਂ ਦੇ ਮਿਥਾਸ ਮੁਤਾਬਕ ਉੱਪਰ ਉੱਡ ਪੈਂਦੀ ਹੈ, ਤੇ ਉਸ ਵਕਤ ਬ੍ਰਹਮਾ ਉੱਪਰ ਵੀ ਆਪਣਾ ਇੱਕ ਸਿਰ ਲਾ ਲੈਂਦਾ, ਮੂੰਹ ਲਾ ਲੈਂਦਾ, ਅੱਖਾਂ ਲਾ ਲੈਂਦਾ, ਤਾਂ ਕਿ ਮੇਰੀਆਂ ਅੱਖਾਂ ਤੇ ਓਹਲੇ ਨਾ ਹੋਵੇ ਇਹਦੀ ਖੂਬਸੂਰਤੀ। ਤੇ ਕਹਿੰਦੇ ਨੇ ਸ਼ਿਵਜੀ ਉਸ ਵੇਲੇ ਗੁੱਸੇ ਵਿੱਚ ਆਉਂਦੇ ਨੇ, ਵੀ ਗਲਤ ਕਰ ਰਿਹਾ, ਵੇਦ ਵਕਤਾ ਹੋਣ ਦੇ ਬਾਵਜੂਦ ਇੰਨਾ ਵੱਡਾ ਗੁਨਾਹ ਕਰ ਰਿਹਾ ਆਪਣੀ ਬੱਚੀ ਤੇ। ਜਿਸ ਬਾਪ ਦੇ ਗੋਦ ਵਿੱਚ ਸਾਹਿਬ ਵਿੱਚ ਆਪਣੀ ਬੱਚੀ ਦੀ ਇੱਜ਼ਤ ਸੁਰੱਖਿਅਤ ਨਹੀਂ, ਉਹ ਸੰਸਾਰ ਅੰਦਰ ਇੱਕ ਦੇਵਤਾ ਕਿਵੇਂ ਹੋ ਸਕਦਾ ਹੈ। ਕਹਿੰਦੇ ਨੇ ਸ਼ਿਵਜੀ ਨਾਰਾਜ਼ ਹੋਏ, ਉਹਨਾਂ ਨੇ ਆਪਣੀ ਤਰਸੂਲ ਨਾਲ ਉੱਪਰਲਾ ਸਿਰ ਵੱਢ ਦਿੱਤਾ। ਇਤਿਹਾਸ ਮਿਥਾਸ ਬਣਿਆ ਹੋਇਆ ਤੁਹਾਡੇ ਕੋਲ, ਇਹ ਵੀਰ ਆਪ ਪੜ੍ਹਦੇ ਨੇ, ਉੱਪਰਲਾ ਸਿਰ ਵੱਢ ਦਿੱਤਾ। ਹੁਣ ਉਹ ਬ੍ਰਹਮਾ ਦਾ ਕਿਉਂਕਿ ਸਿਰ ਵੱਢਿਆ, ਇਸ ਲਈ ਉਹ ਹੱਥ ਤੇ ਆ ਕੇ ਚੰਬੜ ਗਿਆ, ਸਜ਼ਾ ਮਿਲ ਗਈ, ਹੱਥ ਆ ਕੇ ਚੰਬੜ, ਤੂੰ ਬ੍ਰਹਮ ਹੱਤਿਆ ਕੀਤੀ। ਇੰਨਾ ਵੱਡਾ ਗੁਨਾਹਗਾਰ ਤੇ ਉਹਨੂੰ ਵੀ ਸੁਧਾਰਿਆ ਨਹੀਂ ਜਾ ਸਕਦਾ, ਉਹਦੇ ਗੁਨਾਹ ਨੂੰ ਕਿਸੇ ਕੋਲ ਇੰਨਾ ਹੱਕ ਨਹੀਂ ਕਿ ਉਹਦਾ ਸਿਰ ਇੱਕ ਵੱਢ ਕੇ ਚਾਰ ਤੇ ਫਿਰ ਵੀ ਕੋਲ ਸਨ, ਕਿੰਨਾ ਘਾਟਾ ਪੈ ਗਿਆ ਵੀ ਇੱਕ ਸਿਰ ਵੱਢ ਕੇ ਭਲਾ ਉਹਨੂੰ ਆਪਣੀ ਬੱਚੀ ਦੀ ਇੱਜ਼ਤ ਸੁਰੱਖਿਅਤ ਕਰਨ ਦਾ ਹੀ ਚਾਂਸ ਮਿਲ ਜਾਏ। ਉਹਦੇ ਹੱਥ ਚੰਬੜ ਗਿਆ ਉਹ ਵਿਚਾਰਾ, ਹੁਣ ਸਾਖੀ ਦੇ ਮੁਤਾਬਕ, ਇਤਿਹਾਸ ਦੇ ਮਿਥਾਸ ਦੇ ਮੁਤਾਬਕ, ਉਹ ਵਿਚਾਰਾ ਹੱਥ ਤੋਂ ਉਹ ਸਿਰ ਉਤਾਰਨ ਵਾਸਤੇ ਤੀਰਥ ਤੀਰਥ ਭਰਮਤਾ ਲਹਿ ਨਾ ਪਾਰਣੀ ਕਰਮ ਕਰ ਕਪਾਲ ਨੂੰ ਫੀਟਸ ਨਹੀਂ, ਕਿਉਂਕਿ ਬ੍ਰਹਮ ਹੱਤਿਆ ਕਰ ਬੈਠੇ ਇਹਦਾ ਦੋਸ਼ੀ ਬ੍ਰਹਮਾ ਦੋਸ਼ੀ ਨਹੀਂ, ਉਹਨੂੰ ਸਜ਼ਾ ਦੇਣ ਵਾਲਾ ਦੋਸ਼ੀ ਉਹ, ਕਿਉਂਕਿ ਬ੍ਰਾਹਮਣ ਦੋਸ਼ੀ ਹੈ, ਉਹਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਉਹਦੇ ਕੋਲ ਪੁੱਛਿਆ ਨਹੀਂ ਜਾ ਸਕਦਾ। ਉਹ ਵਿਚਾਰਾ ਸ਼ਿਵਜੀ 68 ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਨਹਾਉਂਦਾ ਫਿਰਦਾ ਤੇ ਸੋਚਦਾ ਕਿਤੇ ਮੇਰਾ ਭਲਾ ਇਹ ਦੋਸ਼ ਖਤਮ ਹੋ ਜਾਏ, ਮੇਰੇ ਅੱਖਾਂ ਤੇ ਜੁੜਿਆ ਹੋਇਆ ਕਪਾਲ, ਭਾਵ ਕਪਾਲ ਦਾ ਅਰਥ ਹੁੰਦਾ ਸਿਰ, ਕਪਾਲ ਦਾ ਅਰਥ ਹੈ ਸਿਰ, ਉਹ ਸਿਰ ਉੱਤਰ ਜਾਏ ਨਹੀਂ ਉੱਤਰਦਾ। ਅਖੀਰ ਨੂੰ ਵਿਸ਼ਨੂੰ ਨੂੰ ਆਖਦੇ ਨੇ ਤੇਰਾ ਇੱਕੋ ਹੀ ਟਿਕਾਣਾ ਹੈ, ਜੇ ਤੂੰ ਕਪਾਲ ਮੋਚਨ ਤੀਰਥ ਤੇ ਚਲਾ ਜਾਏ, ਉਸ ਤੀਰਥ ਦਾ ਨਾਮ ਪਹਿਲਾਂ ਕਪਾਲ ਮੋਚਨ ਨਹੀਂ ਸੀ, ਉਦੋਂ ਤੋਂ ਬਣਿਆ, ਉੱਥੇ ਚਲਾ ਜਾਏ ਇਸ ਤੀਰਥ ਤੇ ਤੇਰਾ ਇਸ਼ਨਾਨ ਕਰਨ ਨਾਲ ਇਹ ਦੋਸ਼ ਉੱਤਰ ਸਕਦਾ। ਤੇ ਸ਼ਿਵਜੀ ਫਿਰ ਉੱਥੇ ਆਉਂਦੇ ਨੇ, ਉੱਥੇ ਆ ਕੇ ਸਿਰ ਉੱਤਰਦਾ ਤੇ ਇਸ ਲਈ ਉਸੇ ਦਾ ਨਾਮ ਤੀਰਥ ਦਾ ਕਪਾਲ ਮੋਚਨ ਬਣ ਜਾਂਦਾ। ਉਹ ਪੋਟਾ ਸਾਹਿਬ ਦੇ ਨੇੜੇ ਜਿੰਦਾ ਇਤਿਹਾਸ ਤ੍ਰਿਆ ਚਰਿੱਤਰ ਵਿੱਚ ਵੀ ਪਾ ਦਿੱਤਾ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਸੰਬੰਧਿਤ ਕਰਕੇ। ਉਦੋਂ ਮੈਂ ਪਿਛਲੀ ਵਾਰ ਸੁਣਾ ਗਿਆ ਸਾਂ, ਅੱਜ ਮੇਰੇ ਕੋਲ ਸਮਾਂ ਨਹੀਂ ਇੰਨਾ ਵਿਸਥਾਰ ਕਰ ਸਕਦਾ, ਉੱਥੇ ਵੀ ਪੈ ਗਿਆ। ਪਰ ਇੱਕ ਗੱਲ ਸੋਚਿਓ, ਇਹ ਸਾਰੇ ਇਤਿਹਾਸ ਸਾਨੂੰ ਤੇ ਇਹਨਾਂ ਹਿੰਦੂ ਵੀਰਾਂ ਨੂੰ ਕੀ ਪ੍ਰੇਰਨਾ ਦਿੰਦੇ ਨੇ ਕਿ ਬ੍ਰਾਹਮਣ ਜਿੰਨਾ ਮਰਜ਼ੀ ਵੱਡਾ ਗੁਨਾਹਗਾਰ ਹੋਵੇ, ਕਿਉਂਕਿ ਆਪਣੇ ਆਪ ਨੂੰ ਬ੍ਰਹਮਾ ਅਖਵਾ ਬੈਠਾ, ਇਸ ਲਈ ਤੇਰਾ ਗਿਆਨ ਉੱਥੇ ਕੋਈ ਕੰਮ ਨਹੀਂ ਕਰਦਾ, ਤੂੰ ਵਿਚਾਰ ਹੀ ਨਹੀਂ ਕਰ ਸਕਦਾ।
ਤੈਨੂੰ ਹੱਕ ਹੀ ਕੋਈ ਨੀ ਵਿਚਾਰ ਕਰਨ ਦੀ, ਉਹਦਾ ਕੀ ਗੁਨਾਹ ਹੈ? ਇਸ ਲਈ ਤੇਰਾ ਕੰਮ ਹੈ ਸਿਰ ਕੇਵਲ ਉਹਦੇ ਅੱਗੇ ਹੱਥ ਜੋੜ ਕੇ ਖੜਾ ਹੋ ਕੇ ਜਾਂ ਉਹਦੀ ਬਾਂਹ ਫੜ ਕੇ ਧਰਮ ਦੇ ਰਾਹ ਤੁਰਿਆ ਜਾਣਾ। ਕਿਤੇ ਸਾਡੇ ਵਿੱਚ ਤਾਂ ਨਹੀਂ ਉਹੀ ਆ ਗਿਆ? ਮੈਂ ਕਹਿੰਦਾ ਕਿ ਸੋਚ ਨਹੀਂ ਕਰਦਾ, ਸਾਡੇ ਵਿੱਚ ਵੀ ਉਹ ਗੁਨਾਹ ਬ੍ਰਹਮ ਨੇ ਦਿਮਾਗ ਆਖਿਰ ਤਾਂ ਨਿਯਮ ਨਿਯਮ ਹੀ ਨੇ। ਜਿਵੇਂ ਉਸ ਬ੍ਰਹਮਾ ਨੇ ਬ੍ਰਾਹਮਣ ਨੇ ਆਪਣੇ ਆਪ ਨੂੰ ਬ੍ਰਹਮ ਅਖਵਾਣਾ ਸ਼ੁਰੂ ਕਰ ਦਿੱਤਾ ਸੀ ਨਾ, ਜਿਹੜਾ ਬ੍ਰਾਹਮਣ ਦੇ ਸਾਹਮਣੇ ਕੋਈ ਉਜ਼ਰ ਕਰੇ ਉਹ ਬ੍ਰਹਮ ਦੇ ਸਾਹਮਣੇ ਕਰ ਰਿਹਾ। ਅੱਜ ਸਾਡੇ ਵਿੱਚ ਵੀ ਹੋ ਗਿਆ, ਸਾਡੇ ਆਗੂਆਂ ਨੇ ਕੇਵਲ ਜਥੇਦਾਰ ਜਾਂ ਸੇਵਾਦਾਰ ਅਖਵਾਣ ਦੀ ਬਜਾਏ ਆਖਿਆ ਅਸੀਂ ਅਕਾਲ ਤਖ਼ਤ। ਉਹ ਬ੍ਰਹਮਨਿਜ਼ਮ ਦੀ ਉਹ ਗੱਲ ਸਾਡੇ ਮਨਾਂ ਵਿੱਚ ਵੀ ਕੰਮ ਕਰ ਰਹੀ ਹੈ, ਇਹਨਾਂ ਕੋਲੋਂ ਅਸੀਂ ਪੁੱਛ ਨਹੀਂ ਸਕਦੇ ਕਿ ਆਹ ਗੱਲ ਗਲਤ ਹੈ ਜਾਂ ਠੀਕ ਹੈ। ਜਿਹੜਾ ਪੁੱਛੇ ਉਹਨੂੰ ਤਨਖਾਹੀਆ ਕਰਾ ਦੇ ਤੇ ਆਖੋ ਜੋ ਸਾਡਾ ਹੁਕਮ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੁਕਮ ਹੈ, ਜੋ ਸਾਡਾ ਹੁਕਮ ਹੈ ਉਹੋ ਹੀ ਅਕਾਲ ਤਖ਼ਤ ਦਾ ਹੁਕਮ ਹੈ। ਭਲੇ ਉਹ ਅਕਾਲ ਤਖ਼ਤ ਨੂੰ ਅਸੀਂ ਸਦਾ ਸਮਰਪਿਤ ਹਾਂ, ਕੋਈ ਸਿੱਖ ਅਕਾਲ ਤਖ਼ਤ ਕੋਲ ਮੂੰਹ ਨਹੀਂ ਮੋੜ ਸਕਦਾ ਤੇ ਮੋੜੇ ਵੀ ਨਹੀਂ। ਹਰ ਸਿੱਖ ਅਕਾਲ ਤਖ਼ਤ ਨੂੰ ਸਮਰਪਿਤ ਹੈ, ਪਰ ਅਕਾਲ ਤਖ਼ਤ ਦੇ ਨਾਮ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਕੇ, ਕੋਈ ਬ੍ਰਹਮ ਦੇ ਨਾਮ ਦੀ ਵਰਤੋਂ ਕਰਕੇ ਬ੍ਰਾਹਮਣ ਆਪਣੇ ਆਪ ਨੂੰ ਬ੍ਰਹਮ ਆਖ ਕੇ ਨਿਰਦੋਸ਼ ਹੋ ਜਾਏ, ਇਹ ਗੱਲ ਨਿਰੀ ਬ੍ਰਾਹਮਣ ਇੱਕ ਜੁਟ ਪੈਦਾ ਕਰ। ਅੱਜ ਜ਼ਰੂਰਤ ਇਸ ਗੱਲ ਦੀ, ਅਸੀਂ ਇੱਥੇ ਮਾਰ ਖਾ ਰਹੇ ਹਾਂ ਜੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਨਾਮ ਦੀ, ਸਿਧਾਂਤਕ ਨਾਮ ਦੀ ਦੁਰਵਰਤੋਂ ਹੁੰਦੀ ਹੈ ਤੇ ਉਹਦੇ ਨਾਲ ਬਲਕਿ ਬੇਅਦਬੀ ਹੋ ਰਹੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ। ਬੇਅਦਬੀ ਤਾਂ ਉਹ ਲੋਕ ਜ਼ਿੰਮੇਵਾਰ ਨੇ ਜਿਹੜੇ ਦੁਰਵਰਤੋਂ ਕਰ ਰਹੇ, ਨਵੇਂ ਨਵੇਂ ਸ਼ੰਕੇ ਪੈਦਾ ਕਰ ਰਹੇ, ਮਨੁੱਖ ਸੋਚੀ ਪੈ ਗਿਆ ਹੈ ਅਕਾਲ ਤਖ਼ਤ ਤੋਂ ਅਨਿਆਏ ਵੀ ਹੋ ਸਕਦਾ ਕਿ, ਅਕਾਲ ਤਖ਼ਤ ਤੋਂ ਬੇਇਨਸਾਫੀ ਵੀ ਹੋ ਸਕਦੀ ਹੈ, ਪਰ ਪੁੱਛੇ ਕੌਣ? ਜਿਹੜਾ ਪੁੱਛੇ ਉਹਨੂੰ ਹਈਆ ਕਰਾ ਦੇ, ਉਹਨੂੰ ਦੋਸ਼ੀ ਠਹਿਰਾ ਦੇ। ਜਿਵੇਂ ਇੱਕ ਜ਼ੁਲਮ ਤੋਂ ਬਚਾਉਣ ਵਾਲੇ, ਇੱਕ ਦੋਸ਼ ਤੋਂ ਬਚਾਉਣ ਵਾਲੇ ਸ਼ਿਵਜੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ, ਉਹ ਮਿਥਾਸ। ਮੈਂ ਕਹਿੰਦਾ ਸਾਡੇ ਵਿੱਚ ਵੀ ਉਹ ਚੀਜ਼ ਨਹੀਂ ਭਾਈ, ਸੱਚ ਤੇ ਪਹਿਰਾ ਦੇਣਾ। ਸ੍ਰੀ ਅਕਾਲ ਤਖ਼ਤ ਇੱਕ ਪਵਿੱਤਰ ਸਿਧਾਂਤ, ਸ੍ਰੀ ਅਕਾਲ ਤਖ਼ਤ ਇੱਕ ਨਿਆਏ ਦਾ, ਇਨਸਾਫ ਦਾ ਸਿਧਾਂਤ। ਉੱਥੋਂ ਕਦੀ ਬੇਇਨਸਾਫੀ ਹੁੰਦੀ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਹੈ। ਉਹ ਤਾਂ ਸੱਚਾ ਤਖ਼ਤ ਹੈ, ਉੱਥੇ ਤਾਂ ਹਮੇਸ਼ਾ ਸੱਚ ਹੈ। ਸੱਚਾ ਆਪ ਤਖ਼ਤ ਸੱਚਾ ਬਹਿ ਸੱਚਾ ਕਰੇ ਨਿਆ। ਗੁਰੂ ਕਹਿੰਦੇ ਸੱਚਾ ਆਪ ਤਖ਼ਤ ਸੱਚਾ ਬਹਿ ਸੱਚਾ ਕਰੇ ਨਿਆ। ਉਹ ਤਖ਼ਤ ਸੱਚਾ ਹੈ ਤੇ ਆਪ ਤਖ਼ਤ ਦਾ ਮਾਲਕ ਵੀ ਸੱਚਾ ਹੈ ਤੇ ਉੱਥੇ ਬੈਠ ਕੇ ਸੱਚ ਦੇ ਨਿਆਉ ਹੁੰਦੇ ਨੇ। ਤੇ ਜੇ ਕੋਈ ਮਨੁੱਖ ਉਸੇ ਤਖ਼ਤ ਤੇ ਆ ਕੇ ਖਲੋ ਕੇ ਝੂਠ ਬੋਲ ਜਾਏ, ਔਰ ਐਸਾ ਝੂਠ ਜਿਹੜਾ ਸਾਰੇ ਸੰਸਾਰ ਨੇ ਅੱਖੀਂ ਦੇਖਿਆ ਹੋਵੇ, ਉਹਦਾ ਸੱਚ ਰੂਪ, ਮੈਨੂੰ ਮਜਬੂਰੀ ਹੈ ਮੈਂ ਤੁਹਾਡੇ ਨਾਲ ਇਸ ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢਣ ਲਈ ਤੁਹਾਡੇ ਕੋਲ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰ ਰਿਹਾ। ਆਪਾਂ ਤਰੀਕ ਨੂੰ ਕੀ ਹੋਇਆ? ਮੈਨੂੰ ਹੁਕਮ ਹੋਇਆ, ਚਿੱਠੀ ਮੌਜੂਦ ਹੈ ਜਿਹਦੇ ਤੇ ਲਫ਼ਜ਼ ਨੇ, ਅਕਾਲ ਤਖ਼ਤ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦਿਓ, ਪੜ ਲਓ। ਮੇਰਾ ਫਰਜ਼ ਬਣਦਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਮੇਰੇ ਜੀਵਨ ਦੇ ਨਾਲ ਹਿੱਸਾ ਹੈ, ਮੈਂ ਉੱਥੇ ਆਪ ਸੇਵਾ ਕਰ ਰਿਹਾ, ਉੱਥੋਂ ਦੀ ਮਾਨ ਮਰਿਆਦਾ ਨੂੰ ਸਮਰਪਣ। ਮੈਨੂੰ ਰੋਕਣ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ, ਸੁਰਿੰਦਰਜੀਤ ਸਿੰਘ ਜਾਣਦੇ ਨੇ, ਨੌਜ ਵੀ ਜ਼ਿਕਰ ਕਰ ਰਿਹਾ ਸਰ। ਮੈਨੂੰ ਰੋਕਣ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਤੁਸੀਂ ਅਕਾਲ ਤਖ਼ਤ ਤੇ ਜਾਓ, ਜਵਾਬ ਦੇ ਦਿਓ, ਮੈਂ ਨਹੀਂ ਆਉਂਦਾ ਨਾ ਜਾਣਾ।
بڑی کوشش، ایون دھمکیاں بھی دیتی، بھی جی تھی اتنے جاؤ گے تو